ਕੋਰੋਨਾ ਕਰਫਿਊ ਦੌਰਾਨ ਬਰਨਾਲਾ 'ਚ ਅਨੋਖਾ ਵਿਆਹ ਦੇਖਣ ਨੂੰ ਮਿਲਿਆ। ਲੜਕੇ ਵਾਲਿਆਂ ਵੱਲੋਂ ਸਿਰਫ 3 ਲੋਕ ਬਰਾਤ ਵਿੱਚ ਸ਼ਾਮਲ ਹੋਏ, ਜੋ ਕਿ 2 ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਗੁਰਦੁਆਰਾ ਸਾਹਿਬ ਪਹੁੰਚੇ ਤੇ ਉੱਥੇ ਆਨੰਦ ਕਾਰਜ ਦੀ ਰਸਮ ਅਦਾ ਹੋਈ। ਇਸ ਮੌਕੇ ਬਰਨਾਲਾ ਪੁਲਿਸ ਨੇ ਨਵਵਿਆਹੇ ਜੋੜੇ ਨੂੰ ਆਸ਼ੀਰਵਾਦ ਵੀ ਦਿੱਤਾ। ਮੈਂ ਤੇ ਪਾਪਾ ਗਏ ਸੀ, ਦੋਨੇ ਅਲੱਗ ਅਲੱਗ ਮੋਟਰਸਾਈਕਲਾਂ 'ਤੇ, ਬਸ ਰੰਗੀਆਂ ਪਿੰਡ। ਵਿਆਹ ਤਾਂ ਇੱਦਾਂ ਹੀ ਹੋਣਾ ਚਾਹੀਦਾ, ਨਾਲੇ ਤਾਂ ਕੁੜੀ ਵਾਲਿਆਂ ਦੇ ਵਿੱਚ ਪ੍ਰੈਸ਼ਰ ਇਸ ਨਹੀਂ ਹੁੰਦਾ ਕੋਈ ਵੀ ਬੰਦਾ, ਕੋਈ ਦਾਜ ਦਹੇਜ ਤੋਂ ਬਿਨਾਂ ਲੈ ਕੇ ਆਏ ਹਾਂ। ਤੱਕ ਡਰਾਮੇਬਾਜ਼ੀ ਇੱਦਾਂ ਸਿੰਪਲ ਤਰੀਕੇ ਨਾਲ ਡਰਾਉਣ, ਨਾ ਹੀ ਕਿਸੇ 'ਤੇ ਕੋਈ ਪ੍ਰੈਸ਼ਰਾਈਜ਼ ਹੋਵੇ, ਨਾ ਹੀ ਕੋਈ ਬੱਚਿਆਂ ਨੂੰ ਕੋਈ ਮਾਰੇ ਢਿੱਡ 'ਚ। ਇਹੀ ਆ, ਕਿਸੇ 'ਤੇ ਕੋਈ ਪ੍ਰੈਸ਼ਰ ਨਹੀਂ ਹੁੰਦਾ, ਬਸ ਆਪ ਜਾਓ ਲੈ ਕੇ ਆ ਜਾਓ, ਸਿੰਪਲ ਤਰੀਕੇ ਨਾਲ ਕਰੋ ਜੋ ਵੀ ਕਰੋ। ਸੋ ਮੇਰੇ ਅਕੋਰਡਿੰਗ ਤਾਂ ਬਹੁਤ ਵਧੀਆ ਹੋਇਆ ਨਾ, ਮਤਲਬ ਪੇਰੈਂਟਸ ਨੂੰ ਹੁੰਦਾ ਵੀ ਧੀਆਂ ਸਾਡੇ 'ਤੇ ਬੋਝ ਨੇ, ਖਰਚਾ ਕਰਨਾ ਪਊਗਾ ਵਿਆਹ 'ਤੇ। ਮੈਨੂੰ ਖੁਸ਼ੀ ਆ ਵੀ ਮੇਰੇ ਪੇਰੈਂਟਸ ਨੂੰ ਇੱਦਾਂ ਦਾ ਕੁਝ ਵੀ ਫੀਲ ਨਹੀਂ ਹੋਇਆ, ਸਭ ਕੁਝ ਸਿੰਪਲ ਹੋਇਆ ਅਤੇ ਬਹੁਤ ਵਧੀਆ ਹੋਇਆ, ਮੈਂ ਬਹੁਤ ਖੁਸ਼ ਹਾਂ। ਇਹੀ ਆ ਵੀ ਨਾ ਸਿੰਪਲ ਕਰੋ, ਨਾ ਤਾਂ ਕੋਈ ਔਖਾ ਹੋਊਗਾ, ਨਾ ਹੀ ਕੋਈ ਧੀਆਂ ਨੂੰ ਬੋਝ ਸਮਝੂਗਾ, ਸਾਰੇ ਖੁਸ਼ ਨੇ ਇੱਦਾਂ ਸਿੰਪਲ ਵਿਆਹ ਕਰਕੇ। ਵਿਆਹ ਤਾਂ ਉੱਦਾਂ ਵੀ ਹੁੰਦੇ ਆ ਅਤੇ ਇੱਦਾਂ ਵੀ ਹੁੰਦੇ ਆ, ਵਿਸ਼ ਕੇ ਇੱਦਾਂ ਹੀ ਹੋਣ ਸਿੰਪਲ। ਦੋਸਤੋ ਤੁਹਾਨੂੰ ਜਿਵੇਂ ਸਾਰਿਆਂ ਨੂੰ ਪਤਾ ਹੈ ਵੀ ਲੋਕਡਾਊਨ ਹੈ, ਕਰਫਿਊ ਲੱਗਿਆ, ਵੀ ਆਪਾਂ ਨੂੰ ਸੋਸ਼ਲ ਡਿਸਟੈਂਸ ਦਾ ਧਿਆਨ ਰੱਖਣਾ ਚਾਹੀਦਾ। ਆਪਾਂ ਲੋਕਾਂ ਨੂੰ ਅਵੇਅਰ ਕਰਦੇ ਹਾਂ, ਪਰ ਅਸੀਂ 4 ਜਣੇ ਗਏ ਹਾਂ, ਅੱਜ ਇੱਕ ਬੇਟੀ ਨੂੰ ਵਿਆਹ ਕੇ ਲੈ ਕੇ ਆਏ ਹਾਂ। ਅਸੀਂ ਬਿਲਕੁਲ ਲੋਅ ਐਂਡ ਦਾ ਜੋ ਵੀ ਹੈ ਧਿਆਨ ਦੇ ਵਿੱਚ ਰੱਖਦੇ ਹੋਏ, ਔਡਰ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ, ਅਸੀਂ ਉਸ ਨੂੰ ਬੇਟੀ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਗਏ ਹਾਂ, ਆਨੰਦ ਕਾਰਜ ਕਰਵਾਇਆ, ਤਾਂ ਬੁਲਟ ਮੋਟਰਸਾਈਕਲ 'ਤੇ ਬੇਟਾ ਗਿਆ ਔਰ ਬੇਟੀ ਨੂੰ ਲੈ ਕੇ ਬੁਲਟ ਮੋਟਰਸਾਈਕਲ 'ਤੇ ਹੀ ਵਾਪਸ ਆਏ ਨੇ। ਮੈਂ ਵੀ ਜਿੱਦਾਂ ਅੱਜ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ। ਵਿਆਹ ਤਾਂ ਪਹਿਲਾਂ ਵੀ ਬਹੁਤ ਤਰੀਕੇ ਹੁੰਦੇ ਸੀ, ਸਾਦੇ ਵਿਆਹ ਹੁੰਦੇ ਸੀ, ਲੋਕ ਸਾਦੇ ਵਿਆਹ ਕਰਕੇ ਆਉਂਦੇ ਸੀ, ਲੋਕ ਆਪਣੀ ਥੋਕੀ ਸ਼ਾਨ ਦੇ ਲਈ ਲੱਖਾਂ ਰੁਪਈਏ ਖਰਚਦੇ ਨੇ। ਮੈਂ ਸਾਰਿਆਂ ਨੂੰ ਇਹ ਕਹੂੰਗਾ, ਜਿਹੜੇ ਲੱਖਾਂ ਰੁਪਈਏ ਖਰਚਦੇ ਹੋ, ਉਹ ਆਪਣੇ ਬੱਚਿਆਂ ਦੇ ਭਵਿੱਖ ਨੂੰ ਜਾਂ ਆਪਣੇ ਬੱਚਿਆਂ ਨੂੰ ਕੋਈ ਹਾਇਰ ਸਟੱਡੀ ਦਿੱਤੀ ਜਾਵੇ, ਉਹ ਪੈਸਾ ਉਹਨਾਂ 'ਤੇ ਵਰਤਿਆ ਜਾਵੇ, ਫਜ਼ੂਲ ਦੀ ਖਰਚੀ ਬੰਦ ਕੀਤੀ ਜਾਵੇ। ਇਹ ਬਹੁਤ ਵਧੀਆ ਗੱਲ ਹੈ ਜੀ। ਇਹ ਮਤਲਬ ਸਰਦਾਰ ਅਵਤਾਰ ਸਿੰਘ ਦਾ ਬੇਟਾ ਹੈਗਾ, ਸਿਰਫ ਪਰਿਵਾਰ ਦੇ 4 ਮੈਂਬਰ ਜਾ ਕੇ ਮੈਰਿਜ ਕਰਵਾ ਕੇ ਲੈ ਕੇ, ਬਾਕੀ ਇਹਨਾਂ ਨੇ ਕਰਫਿਊ ਦੀ ਉਲੰਘਣਾ ਨਹੀਂ ਕੀਤੀ, ਬਕਾਇਦਾ ਆਪਣੀ ਇਹਨਾਂ ਮਨਜ਼ੂਰੀ ਲੈ ਕੇ ਗਏ ਸੀਗੇ ਅਤੇ 4 ਹੀ ਗਏ ਸੀਗੇ। ਅੱਜ ਤੋਂ 40 ਸਾਲ ਤੁਸੀਂ ਪਿੱਛੇ ਚਲੇ ਜਾਓ ਅਤੇ ਇਸੇ ਤਰ੍ਹਾਂ ਹੀ ਵਿਆਹ ਹੁੰਦੇ ਸੀਗੇ। ਹੁਣ ਵੀ ਪਰਮਾਤਮਾ ਨੇ ਇਹੋ ਜਿਹੇ ਸਹਿਯੋਗ ਬਣਾ ਦਿੱਤੇ ਹੈਗੇ, ਜਿਹੜੇ ਬੱਚੇ ਹੈਗੇ ਸਿੰਪਲ ਵਿਆਹ ਕਰ ਰਹੇ ਨੇ, ਤਾਂ ਕਿ ਲੜਕੀ ਵਾਲਿਆਂ ਨੂੰ ਅਤੇ ਲੜਕੇ ਵਾਲਿਆਂ ਨੂੰ ਜ਼ਿਆਦਾ ਮਤਲਬ ਖਰਚਾ ਨਾ ਕਰਨਾ ਪਿਆ ਜੀ, ਬਹੁਤ ਵਧੀਆ ਗੱਲ। ਇਸੇ ਤਰ੍ਹਾਂ ਫਿਰੋਜ਼ਪੁਰ ਦੇ ਕਸਬਾ ਗੁਰੂ ਹਰ ਸਹਾਏ ਵਿਖੇ ਵੀ ਲਾੜਾ ਆਪਣੇ ਬੁਲਟ ਮੋਟਰਸਾਈਕਲ 'ਤੇ ਬਰਾਤ ਲੈ ਕੇ ਲੜਕੀ ਦੇ ਪਿੰਡ ਗਿਆ। ਇਸ ਵਿਆਹ ਦੌਰਾਨ ਦੋਵਾਂ ਪਰਿਵਾਰਾਂ ਦੇ ਕੁੱਲ 10 ਵਿਅਕਤੀ ਹੀ ਸ਼ਾਮਲ ਹੋਏ। ਇਸ ਮੌਕੇ ਲਾੜੇ ਦੇ ਚਾਚਾ ਗੁਰਦੇਵ ਸਿੰਘ, ਜੋ ਕਿ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਤਾਇਨਾਤ ਹਨ, ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਸਾਰਿਆਂ ਨੂੰ ਆਪਣੇ ਬੱਚਿਆਂ ਦੇ ਵਿਆਹ ਸਾਦੇ ਮਾਹੌਲ ਵਿੱਚ ਕਰਨੇ ਚਾਹੀਦੇ ਹਨ, ਤਾਂ ਕਿ ਫਾਲਤੂ ਖਰਚਿਆਂ ਤੋਂ ਬਚਿਆ ਜਾ ਸਕੇ। ਆਪਣੀ ਵਾਈਫ ਨੂੰ ਲੈ ਕੇ ਆਇਆ ਕਿ ਤੁਹਾਨੂੰ ਕਿਵੇਂ ਮਹਿਸੂਸ ਹੋਇਆ? ਤੁਹਾਡਾ ਸੁਪਨਾ ਸੀਗਾ? ਹਾਂਜੀ ਸਰ। ਤੁਸੀਂ ਕਿਉਂ ਲੈ ਕੇ ਅੱਜ ਕੱਲ੍ਹ ਹਾਲਾਤ ਆਪਣੇ ਖਰਾਬ ਨੇ ਹਿੰਦੁਸਤਾਨ ਦੇ ਵਿੱਚ, ਜਿਵੇਂ ਬਿਮਾਰੀ ਫੈਲੀ ਉਹਨਾਂ ਦੇਖ ਕੇ ਲਿਆਂਦਾ? ਹਾਂਜੀ ਹਾਂਜੀ, ਦੇਖ ਕੇ ਲੈ ਗਏ। ਕਿੰਨੇ ਬੰਦੇ ਤੁਸੀਂ ਗਏ ਸੀ? ਮੈਂ ਘਰ ਦੇ ਮੈਂਬਰ ਸੀ, 10 ਬੰਦੇ ਗਏ ਜੀ। ਤੇ ਕਿਹੜੇ ਪਿੰਡ ਹੋ ਗਏ ਤੇ ਕਿੱਥੇ ਗਏ ਜੇ? ਪਿੰਡ ਜੀ ਮੇਰਾ ਤਾਂ ਖਮੀਰਪੁਰਾ ਹੈਗਾ ਜੀ, ਤੇ ਨਾਲ ਇੱਥੇ ਪਿੰਡ ਹੈ ਗੁਰੂਆ ਸਾਹਿਬ ਜੀ, ਮੋਹਣਗੇ ਪਿੰਡ ਹੈਗਾ ਜੀ। ਠੀਕ ਹੈ, ਲੈ ਕੇ। ਠੀਕ ਹੈ ਜੀ। ਤੇ ਕਿੱਥੇ ਲਏ ਲਾਂ ਫਿਰ? ਕਿੱਥੇ ਲਏ ਜੀ? ਗੁਰਦੁਆਰਾ ਸਾਹਿਬ? ਗੁਰਦੁਆਰਾ ਸਾਹਿਬ ਦਾ ਜੀ। ਠੀਕ ਹੈ ਜੀ। ਤੇ ਕੀ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਜੇ ਫਜ਼ੂਲ ਖਰਚੇ ਤੋਂ? ਇਹੀ ਕਿ ਲੋਕਡਾਊਨ ਜੋ ਚੱਲ ਰਿਹਾ ਜੀ, ਮਹਾਂਮਾਰੀ ਬਿਮਾਰੀ ਚੱਲ ਰਹੀ ਹੈ, ਉਹਦੇ ਮਤਲਬ ਘਰ ਰਹਿ ਕੇ ਪਾਲਣਾ ਕੀਤੀ ਜਾਵੇ, ਅਤੇ ਮਤਲਬ ਇੱਦਾਂ ਖਰਚਾ ਵੀ ਬਚਾਇਆ ਜਾ ਸਕਦਾ ਜੀ। ਹਾਂਜੀ ਸਰ, ਅੱਜ ਮੇਰੇ ਭਤੀਜੇ ਦੀ ਮੈਰਿਜ ਸੀ, ਅੱਜ ਬਰਾਤ ਸੀ। ਅਸੀਂ ਮਾਨਯੋਗ DC ਸਾਹਿਬ ਕੋਲੋਂ ਪਰਮਿਸ਼ਨ ਲੈ ਕੇ 10 ਜਣੇ ਆਪਦੇ ਭਤੀਜੇ ਦੀ ਮੈਰਿਜ 'ਤੇ ਗਏ ਜੀ, ਅਤੇ ਗੁੜੀਆਂ ਨੂੰ ਵਿਆਹ ਕੇ ਲਿਆਏ ਹਾਂ। ਆਹ ਜਿਹੜੀ ਚੱਲ ਰਹੀ ਮੈਂ ਮਹਾਂਮਾਰੀ ਦੇ ਦੌਰਾਨ ਮੈਂ ਲੋਕਾਂ ਨੂੰ ਇਹੀ ਨਸੀਹਤ ਦੇਣਾ ਚਾਹੁੰਦਾ, ਦੱਸਣਾ ਚਾਹੁੰਦਾ ਕਿ ਇਹਦੇ ਤੋਂ ਬਚਿਆ ਜਾਵੇ। ਇੱਕ ਤਾਂ ਦੂਜਾ ਸਮਾਜ ਨੂੰ ਇਹਦੇ ਬਾਰੇ ਵੀ ਸੁਝਾਅ ਦਿੰਦਾ ਕਿ ਇਹਦੇ ਨਾਲ ਖਰਚਾ ਵੀ ਬਹੁਤ ਘੱਟਦਾ, ਅਤੇ ਨਾਲ ਹੀ ਆ ਜਿਹੜੀ ਮਹਾਂਮਾਰੀ ਚੱਲ ਰਹੀ ਹੈ, ਇਹਨਾਂ 'ਤੇ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਵੀ ਕੋਈ ਕਾਰੋਬਾਰ ਕਰਦਾ ਇਹਨੂੰ ਮੁੱਖ ਰੱਖ ਕੇ ਰੱਖਿਆ ਜਾਵੇ, ਤਾਂ ਜੋ ਆਪਾਂ ਇਸ ਮਹਾਂਮਾਰੀ ਤੋਂ ਬਚ ਸਕੀਏ ਜੀ। ਹਾਂਜੀ।
ਸਰ ਤੁਸੀਂ ਕੀ ਸੰਦੇਸ਼ ਦੇਣਾ ਲੋਕਾਂ ਨੂੰ? ਮੈਂ ਜੀ ਲੋਕਾਂ ਨੂੰ ਇਸ ਸੰਦੇਸ਼ ਦੇਣਾ ਚਾਹੁੰਦਾ, ਇਹ ਮਹਾਮਾਰੀ ਤੋਂ ਬਚਣ ਲਈ ਆਪਾਂ ਨੂੰ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਘੱਟ ਤੋਂ ਘੱਟ ਬਾਹਰ ਨਿਕਲਣਾ ਚਾਹੀਦਾ ਹੈ ਤਾਂ ਜੋ ਆਪਾਂ ਇਹ ਮਹਾਮਾਰੀ ਤੋਂ ਬਚ ਸਕੀਏ ਜੀ।